आजकल की युवा पीढ़ी नशे और मोबाइल की लत के कारण बर्बाद होती जा रही है। इसका प्रमुख कारण अपनी पंजाबी संस्कृति से दूर जाना है। युवाओं को अपनी संस्कृति को भूलना नहीं चाहिए बल्कि फिर से उसे अपनाकर बढ़ावा देना चाहिए। ये संदेश क्रिस्टल स्विच गियर की ब्रांड वेस्टर और मिस इंडिया 2023 क्विटेशियल रिश्ता राणा ने दिया। वे नचदा पंजाब यूथ वेलफेयर क्लब की तरफ से गिर रोड स्थित GNA कॉलेज में करवाए गए बल्ले बल्ले 2023 कार्यक्रम में बतौर सेलिब्रिटी गेस्ट पहुंची थी। कार्यक्रम को क्रिस्टल स्विच गियर ने स्पॉन्सर किया। पंजाबी पहरावे में सज धज कर पहुंची रिश्ता राणा ने गिद्दे पर प्रस्तुति देकर समा बांध दिया और हाल में बैठे सभी दर्शक तालियां बजाने पर मजबूर हो गए। बता दें कि क्लब की तरफ से गर्मी की छुट्टियों में बच्चों को भंगड़ा, गिद्दा और गुरमुखी अक्षरों की सिखलाई उच्च कोटि के कोच की तरफ से दिलाई गई। इस मौके पर बतौर मुख्य मेहमान क्रिस्टल स्विच गियर कंपनी के MD सरजीत सिंह छग्गड़ रहे। उन्होंने भी युवाओं को एक बार फिर से अपनी संस्कृति की तरफ लौटने का संदेश दिया। उन्होंने कहा कि अंग्रेजी के चलन के कारण आजकल पंजाबी युवा ही पंजाबी बोलने में संकोच करने लगे हैं। उन्होंने कहा कि पंजाबी युवाओं को अपनी मातृभाषा की कदर करनी चाहिए। उन्होंने पंजाबी संस्कृति को बढ़ावा देने के लिए नचदा पंजाब यूथ वेलफेयर क्लब की तरफ से करवाए गए इस कार्यक्रम की सराहना भी की। इस दौरान बच्चों ने गिद्दा और भंगड़ा भी शानदार प्रस्तुत किया। इस मौके पर क्रिस्टल स्विचगियर कंपनी के डायरेक्टर मार्केटिंग मनमोहन सिंह और उनकी पूरी टीम भी मौजूद रही। वहीं कार्यक्रम की सफलता में चेयरमैन जसदेव सिंह सेखो, प्रधान अवतार सिंह कनेडा, सीनियर वाइस प्रधान गुरचरण सिंह, जनरल सेक्रेटरी हरजीत सिंह, उप प्रधान लखवंत सिंह, प्रोग्राम कोऑर्डिनेटर बेंत सिंह, हरविंदर सिंह और कार्यकारिणी प्रधान महेंद्र सिंह भी विशेष योगदान दिया। जनसुरक्षा TV के लिए लुधियाना से जसविंदर सिंह की रिपोर्ट। ਹੋ ਰਿਹਾ ਹੈ ਕਿਸ ਤਰ੍ਹਾਂ ਹੋ ਰਿਹਾ ਹੈ ਅਤੇ ਕ੍ਰਿਸਟਲ ਨੇ ਔਰਗਨਾਈਜ਼ ਕੀਤਾ ਕਿ ਇਹਨਾਂ ਨੂੰ ਸਪੋਂਸਰ ਕੀਤਾ। ਹਾਂਜੀ, ਅੱਜ ਜਿਹੜਾ ਪ੍ਰੋਗਰਾਮ ਹੋ ਰਿਹਾ ਪੰਜਾਬ ਯੂਥ ਕਲਚਰ ਵੱਲੋਂ ਹੋ ਰਿਹਾ ਹੈ, ਇਹਦੇ ਵਿੱਚ ਮੇਨ ਮੋਟਿਵ ਕੀ ਹੈਗਾ ਕਿ ਜਿਹੜੀ ਵੀ ਅੱਜ ਦੀ ਜਨਰੇਸ਼ਨ ਹੈ ਜੋ ਕਿ ਨਸ਼ਿਆਂ ਵੱਲ ਤੁਰੀ ਹੋਈ ਆ, ਉਸ ਤੋਂ ਵੀ ਜ਼ਿਆਦਾ ਜਿਹੜਾ ਨਸ਼ਾ ਚੜ ਰਿਹਾ ਮੋਬਾਈਲ ਦਾ ਚੜ ਰਿਹਾ। ਇਸ ਨੂੰ ਮੁੱਖ ਰੱਖਦੇ ਹੋਏ ਆ ਕਿ ਬੱਚਿਆਂ ਦੇ ਵਿੱਚ ਆਪਣੇ ਪੰਜਾਬੀ ਕਲਚਰ ਨੂੰ ਲੈ ਕੇ, ਆਪਣੇ ਜੋ ਵੀ ਸਮਾਜ ਨੂੰ ਲੈ ਕੇ ਇੱਕ ਪ੍ਰੋਗਰਾਮ ਕਰਾਇਆ ਜਾ ਰਿਹਾ, ਜਿਹਦੇ ਵਿੱਚ ਪਹਿਲਾਂ ਬੱਚਿਆਂ ਨੂੰ ਡਾਂਸ ਵਗੈਰਾ ਸਿਖਾਇਆ ਜਾ ਰਿਹਾ, ਨਾਲ ਹੀ ਉਹਨਾਂ ਦੀ ਪਰਫੋਰਮੈਂਸ ਦਿੱਤੀ ਜਾ ਰਹੀ ਹੈ ਤਾਂ ਕਿ ਜਿਹੜੇ ਬਾਕੀ ਵੀ ਬੱਚੇ ਹੈ ਉਹ ਕਿਸੇ ਤਰ੍ਹਾਂ ਨਸ਼ਿਆਂ ਤੋਂ ਔਰ ਮੋਬਾਈਲ ਦੇ ਜਿਹੜਾ ਨਸ਼ਾ ਹੈਗਾ ਉਸ ਤੋਂ ਹਟ ਕੇ ਇੱਧਰ ਡਾਂਸ ਵੱਲ ਜਾਂ ਪੰਜਾਬੀ ਕਲਚਰ ਵੱਲ ਤੁਰਨ। ਇਸ ਲਈ ਇਹਨਾਂ ਨੇ ਅੱਜ ਅਸੀਂ ਇੱਥੇ ਆਏ ਹਾਂ। ਇਹਨਾਂ ਨੇ ਜਦੋਂ ਸਾਨੂੰ ਦੱਸਿਆ ਕਿ ਮੇਨ ਮੋਟਿਵ ਇਹ ਆ, ਸਾਡਾ ਵੀ ਬਹੁਤ ਜ਼ਿਆਦਾ ਦਿਲ ਕੀਤਾ ਜੋ ਕੁਛ ਵੀ ਅਸੀਂ ਵੀ ਇਹਨੂੰ ਅੱਗੇ ਪ੍ਰਮੋਟ ਕਰੀਏ, ਤਾਂ ਫਿਰ ਕ੍ਰਿਸਟਲ ਸੁਜੀਆ ਨੇ ਇਸ ਫੰਕਸ਼ਨ ਨੂੰ ਸਪੌਂਸਰ ਕਰ ਦਿੱਤਾ ਸਾਰਾ। ਤੁਹਾਨੂੰ ਕੀ ਲੱਗਦਾ ਆਉਣ ਵਾਲੇ ਟਾਈਮ 'ਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਵੀ ਦੇਖਣ? ਹਾਂਜੀ, ਜਿਹੜੇ ਵੀ ਸਮਾਜ ਦੇ ਵਿੱਚ ਜਿਹੜੀਆਂ ਵੀ ਨੈਗੇਟਿਵ ਚੀਜ਼ਾਂ ਹੈਗੀਆਂ, ਅਗਰ ਉਹਨੂੰ ਦੂਰ ਕਰਨ ਦੇ ਉੱਤੇ ਕਿਤੇ ਵੀ ਕ੍ਰਿਸਟਲ ਵੱਲੋਂ ਕਿਤੇ ਵੀ ਕੋਈ ਲੋੜ ਪੈਂਦੀ ਹੈ ਤਾਂ ਅਸੀਂ ਉੱਤੇ ਹਰ ਵੇਲੇ 24 ਘੰਟੇ ਖੜ੍ਹੇ ਹਾਂ। ਥੈਂਕ ਯੂ। ਹਾਂਜੀ ਮੈਮ, ਅੱਜ ਤੁਸੀਂ ਦੱਸਿਆ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਆਏ ਹਾਂ ਸੱਭਿਆਚਾਰਕ ਪ੍ਰੋਗਰਾਮ 'ਤੇ ਜਿਹੜਾ ਕਿ ਨੱਚ ਪੰਜਾਬ ਯੂਥ ਕਲੱਬ ਵੱਲੋਂ ਔਰਗਨਾਈਜ਼ ਕੀਤਾ ਹੋਇਆ ਹੈ ਅਤੇ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ। ਨਾਲ ਹੀ ਮੈਂ ਸਭ ਤੋਂ ਪਹਿਲਾਂ ਧੰਨਵਾਦੀ ਹੋਵਾਂਗੀ ਨੱਚ ਕਲੱਬ ਯੂਥ ਦੀ ਅਤੇ ਨਾਲ ਹੀ ਕ੍ਰਿਸਟਲ ਸਵਿੱਚ ਗਏ ਦੀ ਕਿ ਇਹਨਾਂ ਨੇ ਮੈਨੂੰ ਇੰਨੇ ਸੱਭਿਆਚਾਰਕ ਅਤੇ ਸੱਭਿਆਚਾਰਕ ਜੋ ਪ੍ਰੋਗਰਾਮ ਚੱਲ ਰਿਹਾ ਉਹ 'ਤੇ ਆਉਣ ਦਾ ਮੌਕਾ ਦਿੱਤਾ ਅਤੇ ਮੈਨੂੰ ਇੱਥੇ ਆ ਕੇ ਵੈਸੇ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਜਿਹੜੇ ਇੱਦਾਂ ਦੇ ਸੱਭਿਆਚਾਰਕ ਆਪਣੇ ਪ੍ਰੋਗਰਾਮ ਹੁੰਦੇ ਆ ਉਹੀ ਸਾਡੇ ਨੌਜਵਾਨਾਂ ਨੂੰ ਸਾਡੇ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਉਹਨਾਂ ਨੇ ਹੀ ਰੱਖਿਆ ਹੋਇਆ। ਅਗਰ ਇੱਦਾਂ ਦੇ ਸੱਭਿਆਚਾਰਕ ਪ੍ਰੋਗਰਾਮ ਨਾ ਹੋਣ ਤਾਂ ਸ਼ਾਇਦ ਹੁਣ ਤੱਕ ਸਾਰੇ ਨੌਜਵਾਨ ਭੁੱਲ ਜਾਣ ਕਿ ਭੰਗੜਾ ਕਿੱਦਾਂ ਹੁੰਦਾ ਸੀ ਜਾਂ ਗਿੱਧਾ ਕਿੱਦਾਂ ਹੁੰਦਾ ਸੀ, ਕਿਸੇ ਨੂੰ ਮੇ ਵੀ ਯਾਦ ਵੀ ਨਹੀਂ ਰਹਿੰਦਾ ਕਿ ਸੱਗੀ ਫੁੱਲ ਕੀ ਹੁੰਦਾ ਸੀ। ਤਾਂ ਮੈਨੂੰ ਲੱਗਦਾ ਕਿ ਇੱਦਾਂ ਦੇ ਸੱਭਿਆਚਾਰਕ ਪ੍ਰੋਗਰਾਮ ਹੋਰ ਹੋਣੇ ਚਾਹੀਦੇ ਆ ਪੰਜਾਬ 'ਚ ਤਾਂ ਕਿ ਬੱਚੇ ਜਿਹੜੇ ਅੱਜ ਦਾ ਨੌਜਵਾਨ ਹੈ ਉਹ ਜਿਹੜਾ ਨਸ਼ਿਆਂ ਵੱਲ ਜਾ ਰਿਹਾ ਜਾਂ ਫੋਨ ਐਡਿਕਟਿਡ ਹੋ ਗਿਆ ਜਾਂ ਫੋਨਾਂ ਵਿੱਚ ਜਾ ਰਿਹਾ ਉਹਨੂੰ ਇਸ ਚੀਜ਼ਾਂ ਤੋਂ ਕੱਢ ਕੇ ਨੱਚ ਵੱਲ, ਪੰਜਾਬੀ ਸੱਭਿਆਚਾਰ ਨੂੰ ਅੱਗੇ ਵਧਾਉਣ ਵੱਲ ਲੈ ਕੇ ਜਾਇਆ ਜਾਵੇ।